ਪਿਛਲੇ ਸਾਲ ਦੇ ਕੈਂਡੀਡੇਟਸ ਅਤੇ ਇਸ ਸਾਲ ਦੇ ਜੋ ਕੈਂਡੀਡੇਟ ਬੀਐਡ ਕਰਨਾ ਚਾਹੁੰਦੇ ਨੇ, ਪੀਐਸ ਟੈਟ ਦੇਣਾ ਚਾਹੁੰਦੇ ਨੇ, ਉਹਨਾਂ ਦੀ ਡਿਮਾਂਡ 'ਤੇ ਉਹ ਕਹਿੰਦੇ ਸੀ ਕਿ ਕੋਰਸ ਲੈ ਕੇ ਆਓ ਸਰ ਜਿਸ ਵਿੱਚ ਕੰਪਰੀਹੈਂਸਿਵ ਸਾਰੇ ਹੀ ਆਸਪੈਕਟ ਕਵਰ ਹੋਣ। ਸੋ ਦੋ ਤਰ੍ਹਾਂ ਦੇ ਕੋਰਸ ਬੀਐਡ ਐਂਟਰੈਂਸ ਟੈਸਟ ਲਈ ਲੈ ਕੇ ਆ ਰਹੇ ਹਾਂ, ਉਸ ਕੋਰਸ ਵਿੱਚ ਐਂਟਰ ਕਿਸ ਤਰ੍ਹਾਂ ਹੋਣਾ ਹੈ, ਐਨਰੋਲ ਕਿਸ ਤਰ੍ਹਾਂ ਹੋਣਾ ਹੈ ਜਾਂ ਪਰਚੇਸ ਕਿਸ ਤਰ੍ਹਾਂ ਕਰਨਾ ਹੈ, ਇਸ ਵੀਡੀਓ ਵਿੱਚ ਬਰੀਫ ਵਿੱਚ ਉਹ ਦੱਸਾਂਗੇ। ਤੁਸੀਂ ਲਰਨ ਟੂ ਐਕਚੁਅਲਾਈਜ਼ ਡੋਟ ਇਨ ਚੈਨਲ ਦਾ ਨਾਮ ਤੁਸੀਂ ਆਲਰੇਡੀ ਜਾਣਦੇ ਹੋ, ਲਰਨ ਟੂ ਐਕਚੁਅਲਾਈਜ਼ ਡੋਟ, ਉਸਦੇ ਅੱਗੇ ਡੋਟ ਇਨ ਲਗਾ ਦੇਣਾ ਹੈ, ਟੂ ਐਕਚੁਅਲਾਈਜ਼ ਡੋਟ ਇਨ ਐਂਟਰ ਹੋ ਕੇ ਇਹ ਵੈਬ ਪੇਜ ਖੁੱਲ ਜਾਏਗਾ। ਇਸ ਦੇ ਅੱਗੇ ਕੋਰਸਿਸ ਬਲੌਗ ਅਬਾਊਟ ਵੈਬੀਨਾਰ, ਤੁਸੀਂ ਕੋਰਸਿਸ 'ਤੇ ਕਲਿੱਕ ਕਰਨਾ ਹੈ, ਕੋਰਸਿਸ 'ਤੇ ਕੋਰਸ ਖੁੱਲ ਜਾਣਗੇ। ਕੁਛ ਕੋਰਸ ਆਲਰੇਡੀ ਪਿਛਲੇ ਚੱਲ ਰਹੇ ਨੇ ਜੋ ਫਿਜ਼ੀਕਲ ਐਜੂਕੇਸ਼ਨ ਦੇ, ਸਾਡੇ ਪ੍ਰੋਫੈਸਰ ਸਿਮਰਨਜੀਤ ਸਿੰਘ ਜੀ ਜੋ ਟੀਚ ਕਰ ਰਹੇ ਨੇ, ਯੂ ਜੀ ਸੀ ਨੈੱਟ ਦਾ ਹੈ, ਪ੍ਰੈਪ ਦਾ ਹੈ, ਔਰ ਫਿਜ਼ੀਕਲ ਐਜੂਕੇਸ਼ਨ ਦੇ ਇਹ ਡਿਫਰੈਂਟ ਕੋਰਸ ਆਲਰੇਡੀ ਚੱਲ ਰਹੇ ਨੇ। ਨਵਾਂ ਕੋਰਸ ਜਿਹੜਾ ਹੈ ਬੀ ਐਡ ਐਂਟਰੈਂਸ ਟੈਸਟ ਮਾਸਟਰੀ ਕੋਰਸ ਹੈ। ਮੈਂ ਦੱਸਦਿਆਂ ਦੋ ਤਰ੍ਹਾਂ ਦੇ ਕੋਰਸ ਵਿੱਚੋਂ ਇੱਕ ਕੋਰਸ ਦੀ ਜਾਣਕਾਰੀ ਇਸ ਵੀਡੀਓ 'ਚ ਸਿਰਫ ਦੇ ਰਹੇ ਹਾਂ, ਉਹ ਕਿਹੜਾ ਹੈ ਜਿਹਦੇ ਵਿੱਚ ਪ੍ਰੀਵੀਅਸ ਈਅਰ ਦੇ ਪੇਪਰ ਹੋਣਗੇ, ਕਿਹਦੇ ਬੀ ਐਡ ਦੇ, ਪੰਜਾਬ ਦੇ, ਯੂਨੀਅਨ ਟੈਰੇਟਰੀ ਚੰਡੀਗੜ੍ਹ ਦੇ, ਇਸ ਤੋਂ ਇਲਾਵਾ ਡੀ ਐਲ ਐਡ ਦੇ ਵੀ ਸ਼ਾਮਿਲ ਕੀਤੇ ਜਾਣਗੇ, ਆਈ ਟੈਪ ਦੇ ਪੇਪਰ ਸ਼ਾਮਿਲ ਕੀਤੇ ਜਾਣਗੇ। ਕਾਰਨ ਇਹ ਹੈ ਕਿ ਟੀਚਿੰਗ ਪੋਟੈਂਸ਼ੀਅਲ, ਜਨਰਲ ਅਵੇਅਰਨੈਸ ਔਰ ਮੈਂਟਲ ਅਬਿਲਿਟੀ ਐਂਡ ਲੈਂਗੁਏਜ 1-2 ਇੰਗਲਿਸ਼, ਹਿੰਦੀ ਜਾਂ ਰੀਜਨਲ ਲੈਂਗੁਏਜ, ਇਹ ਸਭ ਵਿੱਚ ਕਾਮਨ ਹੈ। ਸੋ ਇਹਦਾ ਫਾਇਦਾ ਸਾਰੇ ਵਿਦਿਆਰਥੀ ਲੈ ਸਕਦੇ ਨੇ। ਇਸ ਤੋਂ ਇਲਾਵਾ ਪ੍ਰੈਕਟਿਸ ਸੈੱਟ ਵਿੱਚ ਸ਼ਾਮਿਲ ਕੀਤੇ ਜਾਣਗੇ, ਪ੍ਰੈਕਟਿਸ ਸੈੱਟ ਜਿਹੜੇ ਤਿਆਰ ਕੀਤੇ ਜਾਂਦੇ ਨੇ ਉਹ ਪਿਛਲੇ ਸਾਲ ਦੇ ਪੇਪਰਾਂ ਦੀ ਅਲਾਈਨਮੈਂਟ ਵਿੱਚ ਹੀ ਤਿਆਰ ਕੀਤੇ ਜਾਂਦੇ ਨੇ। ਸੋ ਇਸ ਕੋਰਸ ਨੂੰ ਉਹ ਵਿਦਿਆਰਥੀ ਖਰੀਦ ਸਕਦੇ ਨੇ ਜਿਹੜੇ ਚਾਹੁੰਦੇ ਨੇ ਕਿ ਮੈਂ ਬੁੱਕ ਖਰੀਦ ਕੇ ਪਿਛਲੇ ਸਾਲ ਦੇ ਪੇਪਰਾਂ ਦੀ ਤਿਆਰੀ ਰੀਡ ਕਰ ਲਵਾਂ, ਉਹਨਾਂ ਦੀ ਐਕਸਰਸਾਈਜ਼ ਕਰ ਲਵਾਂ। ਸੋ ਬੁੱਕ ਨਾਲ ਕੰਪੇਅਰ ਤੁਸੀਂ ਕਰੋਗੇ ਤਾਂ ਮੇਰੇ ਖਿਆਲ ਵਿੱਚ ਬੁੱਕ ਤੁਹਾਨੂੰ ਇਮੀਡੀਏਟ ਫੀਡਬੈਕ ਨਹੀਂ ਦੇਵੇਗੀ। ਇੱਥੇ ਇਹ ਪ੍ਰੋਗਰਾਮ ਜਿਹੜਾ ਹੈ, ਕੋਰਸ ਹੈ, ਇਮੀਡੀਏਟ ਫੀਡਬੈਕ ਦੇਵੇਗਾ, ਤੁਹਾਨੂੰ ਕੁਐਸਚਨ ਦੀ ਐਕਸਪਲੇਨੇਸ਼ਨ ਦੇਗਾ, ਔਰ ਤੁਹਾਨੂੰ ਇਹ ਦੱਸਿਆ ਜਾਏਗਾ ਕਿ ਤੁਹਾਡੀ ਪ੍ਰੋਗਰੈਸ ਕਿੰਨੀ ਹੋ ਰਹੀ ਹੈ, ਤੁਹਾਨੂੰ ਐਰਰ ਦਾ ਪਤਾ ਲੱਗੇਗਾ। ਐਰਰ ਦਾ ਪਤਾ ਲੱਗਣਾ ਵੀ ਲਰਨਿੰਗ ਹੁੰਦੀ ਹੈ, ਫਾਈਨਲ ਐਗਜ਼ਾਮ ਵਿੱਚ ਉਹ ਕੁਐਸਚਨ ਠੀਕ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਦੀ ਰੈਗੂਲਰ ਐਕਸਰਸਾਈਜ਼ ਤੁਸੀਂ ਕਰਨਾ ਚਾਹੁੰਦੇ ਹੋ ਜਿੱਥੇ ਵੀ ਮਰਜ਼ੀ ਹੋ, ਮੋਬਾਈਲ 'ਤੇ ਤੁਸੀਂ ਕਿਤੇ ਵੀ ਕਰ ਸਕਦੇ ਹੋ, ਐਡੀ ਵੱਡੀ ਬਲਕੀ ਬੁੱਕ ਤੁਸੀਂ ਹੱਥ ਵਿੱਚ ਨਹੀਂ ਫੜ ਕੇ ਹਰ ਜਗ੍ਹਾ ਲਿਜਾ ਸਕਦੇ। ਸੋ ਇਸ ਕੋਰਸ ਦਾ ਫਾਇਦਾ ਉਠਾ ਸਕਦੇ ਹੋ, ਵਰਾਇਟੀ ਹੋਏਗੀ, ਟੈਕਨੋਲੋਜੀ ਦੇ ਨਾਲ ਹੋਏਗੀ। ਸੀ ਬੀ ਟੀ ਟੈਸਟ ਜਿਹੜੇ ਕਈ ਵਾਰੀ ਹੁੰਦੇ ਨੇ, ਆਈ ਟੈਪ ਦਾ ਵੈਸੇ ਹੁੰਦਾ ਹੈ, ਸੀ ਬੀ ਟੀ ਟੈਸਟ ਦੀ ਐਕਸਰਸਾਈਜ਼ ਇਹਦੇ ਨਾਲ ਨਾਲ ਹੋਏਗੀ, ਔਨ ਡਿਮਾਂਡ ਕਈ ਕੁਸ਼ਚਨ। ਤੁਹਾਨੂੰ ਲੱਗਦਾ ਹੈ ਕਿ ਮੇਰਾ ਸਾਇੰਸ ਦਾ ਏਰੀਆ ਵੀਕ ਹੈ, ਮੇਰਾ ਮੈਂਟਲ ਐਬਿਲਿਟੀ ਦਾ ਵੀਕ ਹੈ, ਇਸ ਤਰ੍ਹਾਂ ਦੇ ਕੁਸ਼ਚਨ ਹੋਰ ਹੋਣੇ ਚਾਹੀਦੇ ਹੈ। ਸੋ ਉਹ ਕੁਸ਼ਚਨ ਤੁਹਾਡੀ ਡਿਮਾਂਡ ਅਤੇ ਤੁਹਾਡੀ ਨੀਡ ਦੇ ਮੁਤਾਬਕ ਰੈਗੂਲਰ ਅਪਡੇਟ ਹੁੰਦੇ ਰਹਿਣਗੇ। ਸੋ ਇਹ ਕੋਰਸ ਨੂੰ ਕਿਸ ਤਰ੍ਹਾਂ ਖਰੀਦਣਾ ਹੈ, ਇੱਥੇ ਕਲਿੱਕ ਕਰਾਂਗੇ, ਸਰ ਮੇਰੀ ਹੈਲਪ ਕਰਨਗੇ। ਹਾਂਜੀ ਸਰ, ਸਰ ਮੈਂ ਪੁੱਛਣਾ ਚਾਹੁੰਗਾ ਕਿ ਇਹ ਕੋਰਸ ਬੇਸਿਕਲੀ ਹੈ ਕਿਹਨਾਂ ਵਾਸਤੇ? ਇਹ ਉਹ ਵਿਦਿਆਰਥੀ ਜਿਹੜੇ ਠੀਕ ਠੀਕ ਹੈ, ਇੱਕ ਮਿੰਟ ਇੱਧਰ ਹੋ, ਸੋਰੀ
ਸਰ ਮੈਂ ਤਿੰਨ ਤਰ੍ਹਾਂ ਨਾਲ ਕੈਟੇਗਰੀ ਕਰਦਾ ਹਾਂ ਕੈਂਡੀਡੇਟਸ ਦੀ ਬੀ ਐਡ ਐਂਟਰੈਂਸ ਟੈਸਟ ਦੇ। ਇੱਕ ਤਾਂ ਉਹ ਜਿਹੜੇ ਗੈਪ ਪਿਛਲੀ ਸਟੱਡੀ ਵਿੱਚ ਗੈਪ ਹੈ ਉਹਨਾਂ ਨੂੰ ਟੈਨਸ਼ਨ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਇਸ ਕੋਰਸ ਤੋਂ ਇਲਾਵਾ ਇਹ ਤਾਂ ਕਰਨਾ ਹੀ ਪਏਗਾ, ਪਲੱਸ ਜਿਹੜਾ 550 ਵਾਲਾ ਕੋਰਸ ਹੈ ਜਿਹਦੇ ਵਿੱਚ ਔਨਲਾਈਨ ਰੈਗੂਲਰ ਕਲਾਸਿਸ, ਡਾਊਟ ਕਲੀਅਰਿੰਗ ਔਰ ਤੁਹਾਡੀ ਐਲੀਜੀਬਿਲਟੀ ਰਿਗਾਰਡਿੰਗ ਰੈਗੂਲਰ ਕਲਾਸਿਸ ਹਰ ਐਕਸਪਰਟਸ ਦੀਆਂ ਲੱਗਣਗੀਆਂ। ਇਹ ਕੋਰਸ ਉਹਨਾਂ ਲਈ ਹੈ ਜਿਹੜੇ ਸਿਰਫ ਉਹ ਚਾਹੁੰਦੇ ਨੇ ਕਿ ਅਸੀਂ ਪਿਛਲੇ ਸਾਲ ਦੇ ਪੇਪਰ ਜਾਂ ਪ੍ਰੈਕਟਿਸ ਸੈੱਟ ਨੂੰ ਸੋਲਵ ਕਰੀਏ, ਫੀਡਬੈਕ ਲਈਏ ਅਤੇ ਆਪਣੀ ਪਰਫੋਰਮੈਂਸ ਨੂੰ ਇੰਪਰੂਵ ਕਰੀਏ ਔਰ ਉਸ ਦੇ ਬੇਸ 'ਤੇ ਅਸੀਂ ਟੀਚਰ ਐਲੀਜੀਬਿਲਟੀ ਟੈਸਟ ਜਿਹੜਾ ਇਸ ਤੋਂ ਬਾਅਦ ਤੁਸੀਂ ਕੋਰਸ ਵਿੱਚ ਬੀ ਐਡ ਜਾਂ ਡੀ ਐਲ ਐਡ ਕਰਦੇ ਹੋਏ ਕਰਨਾ ਹੈ, ਉਸ ਦੀ ਤਿਆਰੀ ਬਿਹਤਰ ਕਰ ਸਕੀਏ, ਇਹ ਉਹਨਾਂ ਲਈ ਬਿਹਤਰ ਹੈ ਜੀ। ਸਰ ਕੀ ਇਹਦੇ ਵਿੱਚ ਮੌਕ ਟੈਸਟ ਜਾਂ ਲਾਈਵ ਟੈਸਟ ਵੀ ਹੋਏਗਾ ਬੱਚਿਆਂ ਦਾ? ਹਾਂਜੀ, ਇਹ ਕਿਉਂਕਿ ਫਸਟ ਕੋਰਸ ਹੈ ਇਸ ਲਈ ਇਹਦੇ ਵਿੱਚ ਫਾਈਨਲ ਐਗਜ਼ਾਮ ਤੋਂ ਤੁਹਾਡੇ ਟੈਸਟ ਤੋਂ ਪਹਿਲਾਂ ਮੌਕ ਟੈਸਟ ਲਿਆ ਜਾਏਗਾ। ਉਹ ਮੌਕ ਟੈਸਟ ਦਾ ਮਤਲਬ ਹੈ ਉਹੋ ਜਿਹੀ ਕੰਡੀਸ਼ਨ 'ਤੇ ਉਸੇ ਤਰ੍ਹਾਂ ਹੀ ਐਮ ਸੀ ਕਿਊ ਅਰੇਂਜ ਹੋਣਗੇ ਅਤੇ ਟਾਈਮ ਲਿਮਿਟ ਸੇਮ ਹੋਏਗੀ, ਤਾਂ ਤੁਸੀਂ ਉਹ ਟੈਸਟ ਦਿਓਗੇ ਤੁਹਾਨੂੰ ਤੁਹਾਡੀ ਪਰਫੋਰਮੈਂਸ ਪਤਾ ਲੱਗ ਜਾਏਗੀ। ਠੀਕ ਹੈ ਸਰ, ਸੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਇਹਨੂੰ ਬਾਏ ਕਿਵੇਂ ਕਰਨਾ ਸਰ। ਹਾਂਜੀ, ਪਲੀਜ਼ ਸਰ ਗਾਈਡ ਕਰਾਂਗੇ। ਇਹਨੂੰ ਆਪਾਂ ਥੱਲੇ ਸਕਰੋਲ ਕਰਾਂਗੇ ਅਤੇ ਇੱਥੇ ਲਿਖਿਆ ਬਾਏ ਕੋਰਸ ਫੋਰ 220 ਰੁਪੀਸ ਜੀ, ਇਹ 'ਤੇ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਇਹ 220 ਰੁਪੀਸ ਦਾ ਕੋਰਸ ਹੈ, 450 ਰੁਪਏ ਦੇ ਅਤੇ ਇੰਟਰਨੈਟ ਹੈਂਡਲਿੰਗ ਫੀਸ ਹੈ, ਮਤਲਬ 224 ਰੁਪਏ ਦਾ ਕੋਰਸ ਸਾਨੂੰ ਪਏਗਾ। 225 ਕਹਿ ਦਿੰਦੇ, 225 ਰੁਪਏ ਦਾ। ਅਤੇ ਇੱਥੇ ਆਪਾਂ ਪ੍ਰੋਸੀਡ ਕਰਾਂਗੇ, ਪ੍ਰੋਸੀਡ ਕਰਨ ਤੋਂ ਬਾਅਦ ਜੋ ਤੁਹਾਡਾ ਨਾਮ ਆ ਲਾਈਕ ਤੀਰਥ ਸਿੰਘ ਭਰ ਦਿੰਦਾ, ਈਮੇਲ ਆਈ ਡੀ ਸਿਮਰਨਜੀਤ ਸਿੰਘ PED@gmail.com, ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ 10 digits ਦਾ, ਠੀਕ ਹੈ ਜੀ, ਫਿਲ ਕਰ ਦਿੱਤਾ। ਉਸ ਤੋਂ ਬਾਅਦ ਤੁਹਾਡੀ ਸਟੇਟ ਕਿਹੜੀ, ਪੰਜਾਬ ਤਾਂ ਪੰਜਾਬ ਰਹਿਣ ਦਿਓ ਜੇ, ਹਰਿਆਣਾ ਤੋਂ ਬਿਲੋਂਗ ਕਰਦੇ ਹੋ, ਹਰਿਆਣਾ ਕੋਈ ਵੀ ਜੀ। ਉਸ ਤੋਂ ਬਾਅਦ ਤੁਸੀਂ ਇਹਨੂੰ ਬਾਏ ਨਾਓ ਤੇ ਕਲਿੱਕ ਕਰਨਾ, ਕਲਿੱਕ ਕੀਤਾ ਬਾਏ ਨਾਓ ਤੇ, ਜਿਵੇਂ ਬਾਏ ਨਾਓ ਤੋਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਆਪਣੀ ਕੰਟੈਕਟ ਡਿਟੇਲਸ ਇੱਕ ਵਾਰ ਦੁਬਾਰਾ ਇੱਥੇ ਫਿਲ ਕਰ ਦੇਣੀ ਹੈ ਤੇ ਆਪਣੀ ਈਮੇਲ ਆਈਡੀ ਜਿਹੜੀ ਹੈਗੀ, ਵੈਰੀਫਿਕੇਸ਼ਨ ਹੈ। ਹਾਂਜੀ, ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ, ਲਾਈਕ ਇੱਥੋਂ ਆਪਾਂ ਸਕਿਪ ਕਰਤਾ ਇਹਨੂੰ। ਤੁਸੀਂ ਕਾਰਡ ਦੇ ਨਾਲ ਪੇਮੈਂਟ ਕਰਨਾ ਚਾਹੁੰਦੇ ਹੋ, ਕਾਰਡ ਦੇ ਨਾਲ ਪੇਮੈਂਟ ਕਰ ਸਕਦੇ ਹੋ, ਕ੍ਰੈਡਿਟ ਕਾਰਡ ਦੇ ਨਾਲ ਜਾਂ ਡੈਬਿਟ ਕਾਰਡ ਦੇ ਨਾਲ। ਤੁਸੀਂ ਯੂ ਪੀ ਆਈ ਆਪਸ਼ਨ ਵੀ ਹੈਗਾ ਸਾਡੇ ਕੋਲ, ਤੁਸੀਂ ਆਪਣੀ ਯੂ ਪੀ ਆਈ ਆਈ ਡੀ ਇੱਥੇ ਫਿਲ ਕਰੋ, ਤੁਹਾਡਾ ਵਰਚੁਅਲ ਪੇਮੈਂਟ ਐਡਰੈਸ, ਚਾਹੇ ਉਹ ਫੋਨਪੇ ਦਾ, ਚਾਹੇ ਉਹ ਮਤਲਬ ਪੇਟੀਐਮ ਦਾ, ਉਹਦੇ ਥਰੂ, ਜਾਂ ਤੁਸੀਂ ਇੱਥੇ ਇਸ ਆਪਸ਼ਨ 'ਤੇ ਕਲਿੱਕ ਕਰਕੇ ਇਸ ਕਿਊ ਆਰ ਕੋਡ ਨੂੰ ਸਕੈਨ ਕਰਕੇ ਵੀ ਪੇਮੈਂਟ ਕਰ ਸਕਦੇ ਹੋ, ਸ਼ੋਪਿੰਗ ਕਰਦੇ। ਤੁਸੀਂ ਗੂਗਲ ਪੇ ਦੇ ਥਰੂ, ਪੇਟੀਐਮ ਦੇ ਥਰੂ, ਫੋਨਪੇ ਦੇ ਥਰੂ, ਭੀਮ ਦੇ ਥਰੂ ਐਂਡ ਐਮਾਜ਼ੋਨ ਪੇ ਦੇ ਥਰੂ ਵੀ ਪੇਮੈਂਟ ਕਰ ਸਕਦੇ ਹੋ। ਉਸ ਤੋਂ ਇਲਾਵਾ ਸਾਡੇ ਕੋਲ ਵਾਲਟ ਆਪਸ਼ਨਸ ਵੀ ਹੈ, ਤੁਸੀਂ ਵਾਲਟਸ ਦੇ ਥਰੂ ਵੀ ਪੇਮੈਂਟ ਕਰ ਸਕਦੇ ਹੋ, ਨੈੱਟ ਬੈਂਕਿੰਗ ਦੇ ਥਰੂ ਵੀ ਪੇਮੈਂਟ ਕਰ ਸਕਦੇ ਹੋ। ਸੋ ਸਾਰੇ ਪੇਮੈਂਟਸ ਜਿਹੜੇ ਮੈਥਡਸ ਹੈਗੇ ਆ ਉਹ ਸਾਡੇ ਕੋਲ ਅਵੇਲੇਬਲ ਹੈਗੇ ਆ। ਤੁਸੀਂ ਸਰ ਇਸ ਤੋਂ ਅੱਗੇ ਕੋਈ ਆਪਸ਼ਨ ਹੈ ਜੋ, ਜਦੋਂ ਤੁਸੀਂ ਆਪਣਾ ਪੇਮੈਂਟ ਕਰ ਦੋਗੇ ਤੇ ਉਸ ਤੋਂ ਬਾਅਦ ਤੁਹਾਨੂੰ ਮੇਲ ਆ ਜਾਏਗੀ, ਠੀਕ ਹੈ ਜੀ, ਕਿ ਤੁਹਾਡਾ ਆਰਡਰ ਹੈਗਾ ਕੁਛ ਉਹ ਕਨਫਰਮ ਹੋ ਗਿਆ, ਐਂਡ ਉਸ ਮੇਲ ਦੇ ਵਿੱਚ ਹੀ ਤੁਹਾਨੂੰ ਤੁਹਾਡਾ ਯੂਜ਼ਰ ਨੇਮ ਐਂਡ ਪਾਸਵਰਡ ਆ ਜਾਏਗਾ, ਕਿ ਤੁਹਾਡਾ ਯੂਜ਼ਰ ਨੇਮ ਕੀ ਹੈ, ਯੂਜ਼ਰ ਨੇਮ ਤੁਹਾਡੀ ਈਮੇਲ ਆਈਡੀ ਹੋਏਗੀ ਤੇ ਪਾਸਵਰਡ ਤੁਹਾਨੂੰ ਆ ਜਾਏਗਾ, ਉਹਨੂੰ ਤੁਸੀਂ ਚੇਂਜ ਕਰ ਸਕਦੇ ਹੋ। ਐਂਡ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਕਿਵੇਂ ਲੌਗਇਨ ਕਰਨਾ ਹੈਗਾ, ਠੀਕ ਠੀਕ ਹੈ, ਕੋਰਸ ਦੇ ਵਿੱਚ ਤੁਸੀਂ ਐਨਰੋਲ ਤਾਂ ਕਰ ਲਿਆ, ਹੁਣ ਲੌਗਇਨ ਕਿਵੇਂ ਕਰਨਾ ਉਹ ਆਪਾਂ ਨੈਕਸਟ ਵੀਡੀਓ ਇੱਕ ਹੋਰ ਬਣਾ ਦੇਵਾਂਗੇ। ਨੈਕਸਟ ਵੀਡੀਓ 'ਚ ਸਰ ਉਹ ਵੀ ਦੱਸਿਆ ਜਾਏ ਕਿ ਕਿਵੇਂ ਫੀਡਬੈਕ ਕਿੰਨਾ ਇਫੈਕਟਿਵ, ਮਤਲਬ ਉਹ ਇੰਟਰਫੇਸ ਕਿੱਦਾਂ ਦਾ ਹੋਏਗਾ, ਜਦੋਂ ਤੁਸੀਂ ਵਾਂਸ ਕੋਰਸ ਬਾਏ ਕਰ ਲਓਗੇ ਕਿੱਦਾਂ ਦਾ ਇੰਟਰਫੇਸ ਹੋਏਗਾ ਕੋਰਸ ਦਾ, ਠੀਕ ਹੈ, ਉਹ ਤੁਹਾਨੂੰ ਸਾਰਾ ਆਪਾਂ ਸਮਝਾ ਦਾਂਗੇ।
ਠੀਕ ਹੈ ਜੀ। ਇਸ ਰਿਗਾਰਡਿੰਗ ਕੋਈ ਡਾਊਟ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ। ਇਸ ਨਾਲ ਰਿਲੇਟਡ ਵੀਡੀਓਜ਼ ਦੇ ਲਿੰਕ ਵੀ ਨੀਚੇ ਦਿੱਤੇ ਗਏ ਹਨ। ਨੈਕਸਟ ਕੋਰਸ ਜਿਹੜਾ ਇੰਟਰੈਕਟਿਵ ਕਲਾਸ ਪਲੱਸ, ਜਿਹਦੇ ਵਿੱਚ ਇਹ ਸਭ ਕੁਝ ਸ਼ਾਮਿਲ ਹੋਏਗਾ, ਅਡੀਸ਼ਨਲੀ ਇੰਟਰੈਕਟਿਵ ਕਲਾਸਿਸ ਹੋਣਗੀਆਂ, ਰੈਗੂਲਰ ਕਲਾਸਿਸ ਹੋਣਗੀਆਂ, ਡਿਫਰੈਂਟ ਟੀਚਰਸ ਜਿਹੜੇ ਐਕਸਪਰਟ ਨੇ ਉਹ ਲਗਾਉਣਗੇ, ਡਾਊਟ ਕਲੀਅਰਿੰਗ ਕਲਾਸਿਸ ਹੋਣਗੀਆਂ, ਸੋ ਉਸ ਦੀ ਅਲੱਗ ਤੋਂ ਵੀਡੀਓ ਹੋਏਗੀ। ਔਰ ਇਹ ਇਸ ਤਰ੍ਹਾਂ ਦੇ ਕੁਸ਼ਚਨ ਸੋਲਵ ਕਰਨ ਦੇ ਕੀ ਫਾਇਦੇ ਕਿਸ ਤਰ੍ਹਾਂ ਹੋ ਸਕਦੇ ਨੇ ਸਾਈਕੋਲੋਜੀਕਲੀ, ਔਰ ਤੁਹਾਡੀ ਲਰਨਿੰਗ ਕਿੱਦਾਂ ਐਨਹਾਂਸ ਹੋ ਸਕਦੀ ਹੈ, ਪਰਫੋਰਮੈਂਸ ਕਿੱਦਾਂ ਬੈਟਰ ਹੋ ਸਕਦੀ ਹੈ, ਨੈਕਸਟ ਵੀਡੀਓ ਵਿੱਚ ਅਸੀਂ ਦੱਸਦੇ ਹਾਂ। ਥੈਂਕ ਯੂ ਡਾਕਟਰ ਪੀਰ ਸਿੰਘ, ਪ੍ਰੋਫੈਸਰ ਸਿਮਰਨਜੀਤ।